सवेरे सवेरे 9:30 ਦੇ ਆਪਾਂ ਮਾਰਦੇ ਆ ਕੱਪੜਾ ਕਿਉਂਕਿ ਆਪਾਂ ਨੂੰ ਸਵੇਰੇ ਸਵੇਰੇ ਪਤਾ ਲੱਗਿਆ ਕਿਉਂਕਿ ਆਪਣੇ ਆ ਗਈ ਲੇਬਰ ਲੇਬਰ ਆਉਣ ਦੇ ਕਾਰਨ ਫਿਰ ਆਪਾਂ ਨੂੰ ਇੱਕਦਮ ਸਮਾਨ ਖਾਦਾ ਨਹੀਂ ਹੁੰਦਾ ਇਸੇ ਕਰਕੇ ਆਪਾਂ ਨੂੰ ਕਿਟਕੇਟ ਫਸ ਜਾਂਦੀ ਹੈਗੀ ਤੇ ਫਿਰ ਕਿਟਕੇਟ ਨੂੰ ਉਹ ਕਹਿੰਦੇ ਹਾਜ਼ਮ ਕਰਨ ਵਾਸਤੇ ਆਪਾਂ ਚਾਹ ਦਾ ਪ੍ਰਬੰਧ ਕਰਦੇ ਆਂ ਤੇ ਚਾਹ ਨਾਲ ਖੁਰਦੀ ਅੰਦਰ ਟਿਕਡਾਓ ਫਿਰ ਆਪਣਾ ਸਮਾਨ ਹੋ ਜਾਂਦਾ ਇੱਕਦਮ ਭਰਪੂਰ ਤੇ ਫਿਰ ਲੇਬਰ ਨੂੰ ਲੈ ਕੇ ਪਹੁੰਚ ਜਾਂਦੇ ਖੇਤ ਜਿੱਥੇ ਆਪਾਂ ਨੂੰ ਇੱਕ ਬਹੁਤ ਤਕੜਾ ਕਰੈਕਟਰ ਮਿਲਦਾ ਹੈ ਜਿਹੜੇ ਕਰੈਕਟਰ ਦਾ ਨਾਮ ਹੈ ਗਜਨੀ ਗਰੀਬਾਂ ਦਾ ਗਜਨੀ ਹੈ ਗੱਭਰੂ ਗੱਭਰੂ ਨੂੰ ਹੀ ਨਹੀਂ ਪਤਾ ਲੱਗਦਾ ਹੈਗਾ ਵੀ ਅਸੀਂ ਟਰੈਕਟਰ 'ਤੇ ਆਏਂਗੇ ਪੈਦਲ ਹੀ ਚੱਲਦਾ ਹੈਗਾ ਸਾਰੇ ਦਾ ਪਰ ਕੋਈ ਚੱਕਰ ਨਹੀਂ ਅਤੇ ਲੇਬਰ ਇੰਨੀ ਘੈਂਟ ਆ ਗਈ ਅਤੇ ਇਹ ਚਿੰਬੜਦੀ ਹੈਗੀ ਗੁੜ ਅਤੇ ਮੱਖੀਆਂ 'ਚੋਂ ਅਤੇ ਫਿਰ ਲੇਬਰ ਵਾਲੇ ਨੇ ਸਾਰਿਆਂ ਨੂੰ ਫਿਰ ਚਾਹ ਦਾ ਪ੍ਰਬੰਧ ਕਰ ਦਿੰਦੇ ਆ ਆਉਂਦਿਆਂ ਨੂੰ ਅਤੇ ਫਿਰ ਇੰਨੇ ਆ ਰਿਸ਼ਤੇਦਾਰਾਂ ਨੂੰ ਪਤਾ ਨਹੀਂ ਕਿਵੇਂ ਪਤਾ ਲੱਗ ਜਾਂਦਾ ਵੀ ਇਹ ਕੰਮ ਲੱਗ ਰਹੇ ਨੇ ਵਿੱਚ ਇਹ ਕੰਮ ਦੀ ਖੜਤ ਪਾਉਣ ਵਾਸਤੇ ਜ਼ਰੂਰ ਆਉਂਦੇ ਨੇਗੇ ਚਲੋ ਫਿਰ ਕੋਈ ਗੱਲ ਨਹੀਂ ਨਾ ਮਿਲਣ ਵਾਲੇ ਕੰਬਲ ਸਾਂਝੇ ਕਰਨ ਤੋਂ ਬਾਅਦ ਦੁਪਹਿਰੇ ਦੁਪਹਿਰੇ ਫਿਰ ਨੀਂਦਾਂ ਆਉਣੀਆਂ ਸਟਾਰਟ ਹੋ ਜਾਂਦੀਆਂ ਨੇ ਅਤੇ ਫਿਰ ਆਪਾਂ ਚਾਹ ਦਾ ਬ੍ਰੇਕ ਲੈ ਲੈਂਦੇ ਹਾਂ ਅਤੇ ਫਿਰ ਗਰੀਬਾਂ ਦੀ ਕਹਿੰਦੇ ਸ਼ਿਲਪਾ ਸੈਟੀ ਆ ਹਾਂ ਅਤੇ ਗਰੀਬਾਂ ਦਾ ਗਜਨੀ ਇਹਨਾਂ ਦੀ ਇੰਟਰਵਿਊ ਲੈਂਦੇ ਹੈਗੇ ਸਾਰਿਆਂ ਵੀਰਾਂ ਨਾਲ